ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਦੁਪਹਿਰ ਦਾ ਟਾਈਮ ਆ ਅਤੇ ਅੱਜ ਜੀ ਕਰਦਾ ਸੀਗਾ ਕੁਛ ਖਾਣ, ਅਤੇ ਆਪਾਂ ਇੱਕ ਨਿਊ ਚੀਜ਼ ਤਾਂ ਲਿਆਂਦੀ ਹੋਈ ਆ ਏਅਰ ਫਰਾਈਡ, ਤਾਂ ਸੋਚਿਆ ਉਹਦੇ ਵਿੱਚ ਕੁਛ ਬਣਾ ਕੇ। ਤਾਂ ਮੈਂ ਲੈ ਲਿਆ ਕਿ 3 ਤੋਂ 4 ਆਲੂ ਕੱਟ ਕਰ ਲਏ, ਮਤਲਬ ਛਿੱਲੇ ਆਪਾਂ ਨੇ ਕੁਕ ਕਰ ਲਏ। ਹੁਣ ਮੈਂ ਇਹਨਾਂ ਨੂੰ ਛੋਟੇ ਛੋਟੇ ਪੀਸਿਸ ਦੇ ਵਿੱਚ ਕੱਟ ਕਰ ਰਹੀ ਹੈਗੀ। ਮੈਨੂੰ ਬਹੁਤ ਵਧੀਆ ਚੀਜ਼ ਲੱਗੀ ਇਹ, ਪੀਗਨ ਕੰਪਨੀ ਦੀ ਚੀਜ਼ ਹੈ ਜਿਹੜੀ ਇਹ ਏਅਰ ਫਰਾਇਅਰ, ਜਿਹੜਾ ਪੀਗਨ ਕੰਪਨੀ ਦਾ। ਮੈਨੂੰ ਬਹੁਤ ਚੀਜ਼ ਵਧੀਆ ਲੱਗੀ ਕਿਉਂਕਿ ਘੱਟ ਔਇਲ ਦੇ ਵਿੱਚ, ਘੱਟ ਕੀ ਬਹੁਤ ਹੀ ਮਤਲਬ ਨਾ ਮਾਤਰ ਔਇਲ, ਨਾ ਮਾਤਰ ਘਿਓ ਦੇ ਵਿੱਚ ਜਿਹੜੀਆਂ ਚੀਜ਼ਾਂ ਤਿਆਰ ਹੋ ਜਾਂਦੀਆਂ ਨੇ, ਨਾਲੇ ਤਾਂ ਸਿਹਤ ਦੇ ਲਈ ਵਧੀਆ ਅਤੇ ਨਾਲੇ ਬੱਚਤ ਦੀ ਬੱਚਤ, ਹੈ ਨਾ। ਸਿਹਤ ਦੇ ਲਈ ਤਾਂ ਓਬਵੀਅਸਲੀ ਵਧੀਆ ਠੀਕ ਆ ਨਾ, ਬਿਕੋਜ਼ ਮੈਨੂੰ ਇਹ ਚੀਜ਼ਾਂ ਅੱਜ ਕੱਲ੍ਹ ਬਹੁਤ ਤਲੀਆਂ ਹੋਈਆਂ ਚੀਜ਼ਾਂ ਮੈਨੂੰ ਸੂਟ ਨਹੀਂ ਕਰ ਰਹੀਆਂ, ਤਾਂ ਮੈਨੂੰ ਇਹ ਚੀਜ਼ ਮੇਰੇ ਲਈ ਤਾਂ ਬਹੁਤ ਵਧੀਆ ਲੱਗੀ, ਅਤੇ ਬਾਕੀ ਮੇਰੇ ਮੰਮਾ ਲਈ ਵੀ ਵਧੀਆ, ਕਿਉਂਕਿ ਉਹਨਾਂ ਦੀਆਂ ਵੀ ਤਲੀਆਂ ਹੋਈਆਂ ਬੰਦ ਨੇ ਸ਼ੂਗਰ ਕਰਕੇ, ਤਾਂ ਉਹਨਾਂ ਲਈ ਵੀ ਜਿਹੜੀ ਇਹ ਚੀਜ਼ ਆ ਬਹੁਤ ਵਧੀਆ। ਹਾਂਜੀ, ਸਭ ਤੋਂ ਪਹਿਲਾਂ ਆਪਾਂ ਜਿਹੜੇ ਆਲੂ ਸੀਗੇ ਉਹ ਵਾਸ਼ ਕਰ ਲਏ ਕੱਟ ਕਰਕੇ, ਜਿੱਦਾਂ ਆਪਾਂ ਬਰੀਕ ਬਰੀਕ ਮਤਲਬ ਕਿ ਆਲੀਆਂ ਨੂੰ ਲੰਬੇ ਲੰਬੇ ਕੱਟ ਕਰ ਲਿਆ ਅਤੇ ਵਾਸ਼ ਕਰ ਲਿਆ। ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਜੋ ਵੀ ਮਸਾਲੇ ਆਪਾਂ ਪਾਉਣੇ ਨੇ, ਥੋੜ੍ਹੇ ਥੋੜ੍ਹੇ ਅਸੀਂ ਨਮਕ ਪਾਇਆ, ਮਿਰਚ ਪਾਈ ਆ ਥੋੜ੍ਹੀ ਥੋੜ੍ਹੀ ਕੁਆਂਟਿਟੀ ਦੇ ਵਿੱਚ, ਜ਼ਿਆਦਾ ਸਪਾਈਸੀ ਤਾਂ ਆਪਾਂ ਨਹੀਂ ਬਣਾਉਂਦੇ ਹੁੰਦੇ, ਅਤੇ ਜ਼ਿਆਦਾ ਸਪਾਈਸੀ ਤੁਹਾਨੂੰ ਪਤਾ ਹੀ ਆ ਹੁੰਦੇ ਵੀ ਨਹੀਂ ਹੈਗੇ। ਅਤੇ ਬਸ ਉਸ ਤੋਂ ਬਾਅਦ ਇਹਦੇ ਵਿੱਚ ਆਪਾਂ ਨੇ ਨਮਕ, ਮਿਰਚ, ਥੋੜ੍ਹਾ ਜਿਹਾ ਚਿੱਲੀ ਫਲੈਕਸ ਅਤੇ ਔਰਗੈਨੋ ਵੀ ਇਹਨਾਂ ਨੇ ਐਡ ਕਰ ਲਿਆ ਸੀ। ਮੇਰੇ ਪਤੀ ਦੇ ਵੀ ਕਰ ਰਹੇ ਨੇ ਜੋ ਕੁਛ ਕਰ ਰਹੇ ਨੇ, ਮੈਂ ਤਾਂ ਜਸਟ ਕੋਲ ਖੜੀ ਵੀਡੀਓ ਬਣਾ ਰਹੀ ਸੀਗੀ, ਅਤੇ ਆਹ ਜਿਹੜੀਆਂ ਚੀਜ਼ਾਂ ਨੇਗੀਆਂ ਉਹ ਸਾਰੀਆਂ ਹੀ ਪਾ ਰਹੇ ਨੇਗੇ। ਅਤੇ ਇਹਦੇ ਵਿੱਚ ਇਹ ਕਹਿੰਦੇ ਥੋੜ੍ਹਾ ਜਿਹਾ ਚਲੋ ਆਪਾਂ ਮੈਦਾ ਵੀ ਐਡ ਕਰ ਲੈਂਦੇ ਹਾਂ। ਮੈਂ ਕਿਹਾ ਚੱਲ ਕਰ ਲਓ ਜਮਾਂ, ਕਹਿ ਦਈਏ 4 ਕੁ ਚੁਟਕੀਆਂ, ਜ਼ਿਆਦਾ ਨਹੀਂ ਕਰਨਾ ਹੈਗਾ ਆਪਾਂ ਨੇ। ਅਤੇ ਥੋੜ੍ਹਾ ਜਿਹਾ ਮੈਦਾ ਸੀਗਾ ਜਿਹੜਾ ਆਪਾਂ ਉਹ ਐਡ ਕੀਤਾ ਸੀ, ਦੇਖ ਸਕਦੇ ਹੋ ਤੁਸੀਂ ਕਿੰਨਾ ਕੁ ਕੀਤਾ। ਅਤੇ ਇਹ ਤਾਂ ਹਲੇ ਹੋਰ ਪਾਉਂਦੇ ਸੀ, ਮੈਂ ਇਹਨਾਂ ਨੂੰ ਕਿਹਾ ਘੱਟ ਹੀ ਪਾਓ, ਜ਼ਿਆਦਾ ਨਾ ਪਾਓ, ਹੈ ਨਾ, ਹੋਰ ਨਾ ਕਿਤੇ ਹੋਰ ਹੀ ਕੁਛ ਬਣ ਜਾਵੇ। ਅਤੇ ਇਹਨਾਂ ਨੇ ਮੈਦਾ ਐਡ ਕਰ ਲਿਆ, ਅਤੇ ਹਾਂ ਅਤੇ ਆਈ ਥਿੰਕ ਆਹੀ ਸਾਰੇ ਮਸਾਲੇ ਸੀਗੇ ਜਿਹੜੇ ਆਪਾਂ ਪਾਏ ਸੀਗੇ। ਅਤੇ ਫਿਰ ਇਹਨਾਂ ਨੂੰ ਚੰਗੀ ਤਰ੍ਹਾਂ ਸਾਰੇ ਕਾਸੇ ਨੂੰ ਆਪਾਂ ਮਿਕਸ ਕਰਨਾ ਗਾ। ਅਤੇ ਇਹਨਾਂ ਨੇ ਇਹਦੇ ਵਿੱਚ ਥੋੜ੍ਹਾ ਜਿਹਾ ਦੇਸੀ ਘੀ ਵੀ ਪਾ ਲਿਆ ਸੀ, 2-4 ਚਮਚੇ, ਵੀ ਉੱਦਾਂ ਤਾਂ ਆਪਾਂ ਦੇਸੀ ਘਿਓ ਦੇਖੋ ਪਾਉਣਾ ਨਹੀਂ, ਕੋਈ ਵੀ ਔਇਲ ਵਗੈਰਾ ਕੁਛ ਵੀ ਪਾਉਣਾ ਨਹੀਂ ਹੈਗਾ। ਅਤੇ ਇਹਨਾਂ ਨੇ ਇਹਦੇ ਵਿੱਚ ਚਮਚੇ 2-4 ਪਾ ਲਏ ਸੀਗੇ ਦੇਸੀ ਘੀ ਦੇ, ਅਤੇ ਫਿਰ ਮਿਕਸ ਕਰਕੇ ਆਪਾਂ ਏਅਰ ਫਰਾਇਅਰ ਦੇ ਵਿੱਚ ਸੀਗਾ ਜਿਹੜਾ ਸਾਰਾ ਮਤਲਬ ਕਿ ਮਿਕਸਰ ਸੀਗਾ ਉਹ ਪਾਤਾ। ਅਤੇ ਇਸ ਤੋਂ ਬਾਅਦ ਆਪਾਂ ਲਾਤਾ ਜੀ ਟਾਈਮ, ਟਾਈਮ ਇਹਨਾਂ ਨੇ ਮੈਨੂੰ ਲੱਗਦਾ 10 ਮਿੰਟ ਦਾ ਲਾਇਆ ਸੀ, 10-15 ਮਿੰਟ ਦਾ, 200 ਡਿਗਰੀ 'ਤੇ ਆਏ ਥੇ। ਅਤੇ ਇਸ ਤੋਂ ਬਾਅਦ ਜੀ ਟਾਈਮ ਪੂਰਾ ਹੋਣ 'ਤੇ ਆਪਣੇ ਜਿਹੜੇ ਫਰੈਂਚ ਫਰਾਈਜ਼ ਨੇ ਉਹ ਬਣ ਕੇ ਤਿਆਰ ਹੋ ਜਾਣਗੇ। ਦੇਖੋ ਕਿੰਨੇ ਸੋਹਣੇ ਅਤੇ ਬਹੁਤ ਜ਼ਿਆਦਾ ਹੀ ਕ੍ਰਿਸਪੀ ਬਣੇ ਸੀ ਅਤੇ ਬਹੁਤ ਹੀ ਟੇਸਟੀ ਬਣੇ ਸੀ, ਤੁਸੀਂ ਵੀ ਟਰਾਈ ਕਰ ਸਕਦੇ ਹੋ। ਓਕੇ ਜੀ, ਬਾਏ ਬਾਏ।